ਚਲੋ, ਇਹ ਕੀ ਹਲਾਕ ਕੀਤੇ ਨੇ ਇਹਨੂੰ? ਆਸ਼ੀਫ ਸ਼ਬਾਸ਼ ਸ਼ਰੀਫ ਨੇ ਘੁੰਮੇ ਇੱਥੇ ਨਵਾਜ਼ ਸ਼ਰੀਫ ਨੂੰ ਕਹਿੰਦੇ ਮਾਇਆ ਚੋਰ ਦੇ ਸਾਰੇ ਚੋਰ ਤੇ ਭਾਈ, ਤੇਲ 300 ਰੁਪਏ ਲੀਟਰ ਹੋ ਗਈ, ਚੋਰ ਜੀ ਆ ਗਿਆ ਫੇਰ ਭੈਣ ਜਾਵੇ ਤੇ ਫਿਰ ਕੀ ਬਣੇਗਾ ਹੁਣ ਪਾਕਿਸਤਾਨ ਦਾ? ਇੰਨਾ ਕੀ ਹੈ ਜੋ ਵਕਤ ਚੱਲਾਂ ਨੇ ਭੁੱਖੇ ਤੇ ਨੀ ਮਰ ਜਾਂਦੇ ਖਾ ਕੇ ਸਵਾਂਗੇ। ਤੇ ਭਾਈ, ਇਮਰਾਨ ਖਾਨ ਨੇ ਵੀ ਬੜੀ ਮਹਿੰਗਾਈ ਕੀਤੀ ਸੀ, ਇਮਰਾਨ ਖਾਨ ਨੇ ਵੀ ਬੜੀ ਮਹਿੰਗਾਈ ਕੀਤੀ ਸੀ। ਇਹ ਵੀ ਖਾ ਕੇ ਲਾਭੇ ਹੋ ਗਿਆ। ਇਹ ਆਂਦਾ ਭੈਣ ਜੀ ਬਾਬੇ ਨੂੰ 12-12 ਹਜ਼ਾਰ ਰੁਪਿਆ ਦਿੱਤਾ ਮੈਂ ਮਹੀਨੇ ਬਾਅਦ, ਮੋਇਆ ਮਾਂ ਹੀ ਆਜਾਣਾ ਦਿੱਤਾ ਹੈ ਤੇ ਝੂਠ ਹੈ? ਝੂਠ ਹੈ ਤੇ ਹੋਰ ਕੀ ਆ? ਤੇ ਫਿਰ ਕਿਉਂ ਕਹਿੰਦਾ ਸੀ ਹੋਈ 12-12 ਹਜ਼ਾਰ ਰੁਪਿਆ ਦਿੱਤਾ? ਐਵੇਂ ਭੈਣ ਜੀ ਉਹਦਾ ਬੰਬੇ ਦਾ ਮੁੰਡੇ ਹੀ ਬਣਾ ਲਿਆ ਹੈ ਲੋਕਾਂ ਹੀ, ਐਵੇਂ ਬਣਾਏ ਆਨੇ ਐਵੇਂ ਹੀ। ਤੇ ਆ ਜਿਹੜਾ ਹੁਣ ਆਟਾ ਹੋ ਗਿਆ ਇੰਨਾ ਮਹਿੰਗਾ, ਆਟਾ ਵੀ ਨਹੀਂ ਲੱਭਦਾ ਪਿਆ। ਇਹ ਕੁੜੀ ਆ ਵਾ ਇਹ ਭੁੱਖਿਆ ਮਾਰਦਾ ਭੈਣ ਚੋਦਾਂ ਦੇ ਜਿੰਨੇ ਨੇ ਇਹ 14 ਰਲੇ ਨੇ। ਸਾਰੇ ਰਲੇ ਨੇ ਭਾਈ ਆਪਸ, ਸਾਰੇ ਰਲੇ ਨੇ ਤੇ ਇਹਨਾਂ ਦਾ ਕੀ ਕਰਨਾ ਚਾਹੀਦਾ? ਇੱਕ ਤੇ ਉਹ ਇਮਰਾਨ ਖਾਨ ਤੇ ਗਜਾਤੀਆ ਜਿਹੜਾ ਦੋ ਨੇ ਨਾ ਤੇ ਉਹ 14 ਇੱਕ ਪਾਸੇ ਨੇ। ਆਹੋ, ਇਹਨਾਂ ਬੇੜਾ ਗਰੇ ਕਹਿੰਦਾ ਪਾਕਿਸਤਾਨ ਦੇ ਛੱਡਣਾ, ਵੇਚ ਦਿੱਤਾ ਭਾਈ ਇਹਨਾਂ ਪਾਕਿਸਤਾਨ, ਵੇਚ ਅੱਬਲ ਤੇ ਦੇਖੀ ਗਿਆ ਹੈ। ਤੇ ਇਹਨਾਂ ਦਾ ਕੀ ਬਣਨਾ ਇਹਨਾਂ ਦਾ ਹੁਣ? ਮਹਿੰਗਾਈ ਤਾਂ ਹੀ ਹੋਈ ਯਾਦ ਹੈ। ਤੇ ਆ ਭਾਈ ਸ਼ੇਖ ਰਸ਼ੀਦ ਦਾ ਕੀ ਹਿਸਾਬ ਕਿਤਾਬ ਹੈ? ਸ਼ੇਖ ਰਸ਼ੀਦ ਕੀ ਆ? ਸ਼ੇਖ ਰਸ਼ੀਦ ਜਿਹੜਾ ਆਹੋ, ਉਹਨੇ ਵੀ ਬੜਾ ਲੁੱਟਿਆ ਪਾਕਿਸਤਾਨ ਨੂੰ, ਸਭ ਨੇ ਲੁੱਟਿਆ, ਸਾਰੇ ਚੋਰ ਨੇ। ਤੇ ਭਾਈ ਉਹਦੀ ਹਵੇਲੀ ਬੜੀ ਵੱਡੀ ਹੈ ਇਮਰਾਨ ਖਾਨ ਦੀ ਵੀ, ਸਾਰੇ ਚੋਰ ਨੇ। ਇਮਰਾਨ ਖਾਨ ਦੀ ਕੋਠੀ ਬੜੀ ਸੋਹਣੀ ਹੈ, ਕਹਿੰਦੇ ਚੋਰ ਨੇ ਸਾਰੇ, ਲੁੱਟ ਕੇ ਬਣਾਇਆ ਨੇ, ਲੁੱਟ ਕੇ ਬਣਾਇਆ ਨੇ, ਹੋਰ ਕੀ ਕੀਤਾ ਨੇ।